ਕਾਂਗਰਸ ਐਮਪੀ ਦੇ ਘਰ ਰੇਡ ਹੱਲੇ ਵੀ ਜਾਰੀ ਹੈ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਨੋਟਾਂ ਦੇ ਬੰਡਲਾਂ ਦੀ ਗਿਣਤੀ ਹੋ ਰਹੀ ਹੈ ਮਸ਼ੀਨਾਂ ਜਿਹੜੀਆਂ ਨੇ ਉਹ ਖਰਾਬ ਹੋ ਚੁੱਕੀਆਂ ਨੇ ਨਵੀਆਂ ਮਸ਼ੀਨਾਂ ਮੰਗਾਈਆਂ ਗਈਆਂ ਨੇ ਦੁਬਾਰਾ ਤੋਂ ਗਿਣਤੀ ਕੀਤੀ ਜਾ ਰਹੀ ਹੈ ਹੁਣ ਤੱਕ 290 ਕਰੋੜ ਰੁਪਏ ਬਰਾਮਦ ਕਰ ਲਏ ਗਏ ਨੇ ਹਾਲੇ ਵੀ ਤੁਸੀਂ ਹੈਰਾਨ ਹੋਵੋਗੇ ਸੁਣ ਕੇ ਕਿ ਹਲੇ 8 ਲੋਕਰ ਅਤੇ 10 ਕਮਰੇ ਖੁੱਲਣੇ ਬਾਕੀ ਨੇ ਇਹ ਜਿਹੜੀ ਰੇਡ 2 ਦਿਨ ਪਹਿਲਾਂ ਤੋਂ ਚੱਲ ਰਹੀ ਹੈ ਹੁਣ ਤੱਕ 290 ਕਰੋੜ ਰੁਪਏ ਦੀ ਗਿਣਤੀ ਕੀਤੀ ਜਾ ਚੁੱਕੀ ਹੈ ਬਰਾਮਦ ਕੀਤੇ ਜਾ ਚੁੱਕੇ ਨੇ ਤੇ ਅੱਗੇ ਲਗਾਤਾਰ ਇਹ ਗਿਣਤੀ ਹੈ ਜਿਹੜੀ ਵਧਦੀ ਜਾ ਰਹੀ ਹੈ 8 ਲੋਕਰ ਅਤੇ 10 ਕਮਰੇ ਹਲੇ ਖੁੱਲਣੇ ਬਾਕੀ ਨੇ ਤਾਂ ਦੱਸ ਦਈਏ ਕਿ ਝਾਰਖੰਡ ਤੋਂ ਕਾਂਗਰਸ ਦੇ ਰਾਜ ਸਭਾ ਮੈਂਬਰ ਧੀਰਜ ਸਾਹੂ ਅਤੇ ਰਾਜੀ ਦੇ ਲੋਹਰਦਾਰ ਵਿੱਚ ਉਹਨਾਂ ਦੇ ਰਿਸ਼ਤੇਦਾਰਾਂ ਦੇ ਘਰਾਂ ਦੇ ਵਿੱਚ ਰੇਡ ਕੀਤੀ ਗਈ ਉਸੇ ਦੌਰਾਨ 300 ਕਰੋੜ ਦੇ ਨੇੜੇ ਤੇੜੇ ਜਿਹੜੇ ਪੈਸੇ ਨੇ ਰੁਪਏ ਨੇ ਉਹ ਰਿਕਵਰ ਕਰ ਲਏ ਗਏ ਨੇ ਹੁਣ ਤੱਕ ਤੇ ਦੁਬਾਰਾ ਇੱਕ ਹੋਰ ਵੀਡੀਓ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਨੋਟਾਂ ਦੀ ਗਿਣਤੀ ਦੇ ਵਿੱਚ ਕਈ ਮਸ਼ੀਨਾਂ ਲੱਗੀਆਂ ਹੋਈਆਂ ਨੇ ਕਈ ਇਨਕਮ ਟੈਕਸ ਵਿਭਾਗ ਦੇ ਲੋਕ ਲੱਗੇ ਹੋਏ ਨੇ ਗਿਣਤੀ ਲਗਾਤਾਰ ਚੱਲ ਰਹੀ ਹੈ ਆਕੜਾ 290 ਕਰੋੜ ਤੋਂ ਪਾਰ ਹੋ ਚੁੱਕਾ ਹੈ 300 ਕਰੋੜ ਦੇ ਲਾਗੇ ਇਹ ਜਿਹੜਾ ਆਕੜਾ ਹੈ ਉਹ ਪਹੁੰਚ ਚੁੱਕਾ ਹੈ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨਕਮ ਟੈਕਸ ਵਿਭਾਗ ਦਾ ਇਹ ਕਹਿਣਾ ਹੈ ਕਿ ਹਲੇ 8 ਲੋਕਰ ਖੁੱਲਣੇ ਬਾਕੀ ਨੇ ਤੇ 10 ਕਮਰੇ ਖੁੱਲਣੇ ਬਾਕੀ ਨੇ ਤਾਂ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਐਮਪੀ ਦੇ ਘਰ ਦੇ ਵਿੱਚੋਂ ਕਿੰਨੇ ਪੈਸੇ ਬਰਾਮਦ ਹੋ ਸਕਣਗੇ ਕਿਉਂਕਿ ਹੁਣ ਤੱਕ 290 ਕਰੋੜ ਤੱਕ ਬਰਾਮਦ ਹੋ ਚੁੱਕਾ ਹੈ ਅੱਗੇ ਹੋਰ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇੰਨੇ ਹੀ ਪੈਸੇ ਹੋਰ ਰਿਕਵਰ ਹੋ ਸਕਦੇ ਨੇ ਤਾਂ ਨਵੀਆਂ ਤਸਵੀਰਾਂ ਨੇ ਤੁਹਾਡੇ ਤੱਕ ਸਾਂਝੀਆਂ ਕਰ ਰਹੇ ਆ 300 ਕਰੋੜ ਤੱਕ ਜਿਹੜਾ ਰਿਕਵਰੀ ਹੈ ਇਹ ਹੋ ਚੁੱਕੀ ਹੈ ਤੇ ਲਗਾਤਾਰ ਨੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ ਤਾਂ 6 ਦਸੰਬਰ ਨੂੰ ਸੰਸਦ ਮੈਂਬਰ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਘਰੇ ਇਹ ਰੇਡ ਹੋਈ ਸੀ ਦਫ਼ਤਰਾਂ ਫੈਕਟਰੀਆਂ ਦੇ ਵਿੱਚ ਛਾਪੇਮਾਰੀ ਸ਼ੁਰੂ ਕੀਤੀ ਸੀ ਅਲੱਗ-ਅਲੱਗ ਥਾਂ ਤੋਂ ਜਿਹੜੇ ਪੈਸੇ ਬਰਾਮਦ ਹੋਏ ਨੇ ਇਹਨਾਂ ਦਾ ਐਮਪੀ ਦੇ ਕੋਲ ਕੋਈ ਹਿਸਾਬ ਨਹੀਂ ਹੈ ਬੇ ਹਿਸਾਬ ਪੈਸਾ ਤੁਸੀਂ ਕੁਬੇਰ ਦਾ ਖਜ਼ਾਨਾ ਕਹਿ ਸਕਦੇ ਹੋ ਇਹਨੂੰ ਦੇਖੋ ਕਿੰਨੇ ਜ਼ਿਆਦਾ ਪੈਸੇ ਬਰਾਮਦ ਹੋਏ ਨੇ ਕੱਲ ਵੀ ਤੁਹਾਨੂੰ ਤਸਵੀਰਾਂ ਦਿਖਾਈਆਂ ਸੀ ਅੱਜ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਦੇਖੋ ਕਿਵੇਂ ਬੈੱਡ ਤੇ ਨੋਟ ਪਏ ਹੋਏ ਨੇ ਤੇ ਇਨਕਮ ਟੈਕਸ ਵਿਭਾਗ ਦੇ ਜਿਹੜੇ ਕਰਮਚਾਰੀ ਨੇ ਉਹ ਲਗਾਤਾਰ ਇਸ ਇਹਨਾਂ ਨੋਟਾਂ ਨੂੰ ਗਿਣਦੇ ਹੀ ਜਾ ਰਹੇ ਨੇ ਗਿੜਦੇ ਹੀ ਜਾ ਰਹੇ ਨੇ ਕਈ ਮਸ਼ੀਨਾਂ ਜਿਹੜੀਆਂ ਨੇ ਨੋਟ ਗਿਣਨ ਵਾਲੀਆਂ ਉਹ ਖਰਾਬ ਹੋ ਚੁੱਕੀਆਂ ਨੇ ਗਰਮ ਹੋ ਕੇ ਤੇ ਨਵੀਆਂ ਮਸ਼ੀਨਾਂ ਲਿਆਂਦੀਆਂ ਗਈਆਂ ਤੇ ਦੁਬਾਰਾ ਗਿਣਤੀ ਸ਼ੁਰੂ ਕੀਤੀ ਜਾ ਚੁੱਕੀ ਹੈ ਤਾਂ ਦੱਸ ਦਈਏ ਕਿ 290 ਕਰੋੜ ਤੋਂ ਵੱਧ ਜਿਹੜੇ ਪੈਸੇ ਨੇ ਉਹ ਗਿਣ ਲਏ ਗਏ ਨੇ ਹਾਲੇ ਹੋਰ ਗਿਣਤੀ ਲਗਾਤਾਰ ਜਾਰੀ ਹੈ ਜਿਹੜਾ ਆਂਕੜਾ ਹੈ ਉਹ ਲਗਾਤਾਰ ਵੱਧ ਰਿਹਾ ਹੈ ਤੇ ਹਲੇ 8 ਲੋਕਰ ਅਤੇ 10 ਕਮਰੇ ਖੁੱਲਣੇ ਬਾਕੀ ਨੇ ਉਹਨਾਂ ਚੋਂ ਦੇਖੋ ਤੁਸੀਂ ਇਹ ਨਵੀਂ ਵੀਡੀਓ ਜੋ ਕਿ ਐਮਪੀ ਤੀਰਜ ਸਾਹੂ ਦੇ ਘਰਾਂ ਤੋਂ ਸਾਹਮਣੇ ਆ ਰਹੀ ਹੈ